ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਅਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ, ਆਪਣਾ ਮੋਬਾਈਲ ਨੰਬਰ ਹੈਗਾ 9871823 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ, ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ, ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਪਿੰਡ ਭਦੌੜ, ਬਾਕੀ ਦਾ ਬਾਈ ਦਾ ਨੰਬਰ ਸਕਰੀਨ 'ਤੇ ਚੱਲ ਰਿਹਾ, ਆਹ ਬਾਈ ਦਾ ਐਡਰੈਸ ਹੈਗਾ, ਅਤੇ 4 ਨਾਗ ਆਪਾਂ ਸੇਲ ਲਈ ਲੈ ਕੇ ਆਏ, 2 ਬੈੜਾਂ ਜੀ, ਠੀਕ ਆ, 3 ਬੈੜਾਂ ਗੀਆਂ, 1 ਜਰਸੀ ਤਾਜੀ ਸੂਈ ਵੀ ਆ 20 ਕਿਸਨਾਂ ਦੀ, ਅਤੇ 2 ਤੋਕੜਾਂ, 1 ਤੋਕੜ ਗੱਭਣਾ ਗੀ ਅਤੇ 1 ਕੱਲੀ ਤੋਕੜਾ ਜੀ, ਕਿੰਨਾ ਦੁੱਧ ਵਾ, ਅਤੇ 1 ਆ ਗਈ ਝੋਟੀ ਬਣਨ ਵਾਲੀ, ਠੀਕ ਆ, ਭਰਾਉਣ ਵਾਲੀ। ਆ ਜਾ ਵੀਰੇ ਗੋਰੇ ਇਧਰਲੇ ਪਾਸੇ, ਨੰਬਰ, ਨਾਮ, ਐਡਰੈਸ, ਸਭ ਕੁਛ ਪੁੱਛ ਕੇ, ਰੇਟ ਸਾਰਾ ਕੁਛ। ਅਤੇ 1 ਵੀਰੇ ਮੈਨੂੰ ਲਾਂਭਾ ਆਇਆ ਗਾ ਵੀਰਾਂ ਦਾ, ਆ ਬਾਈ ਨੇ ਬੈੜ ਵੇਚਤੀ ਸੀਗੀ, ਠੀਕ ਆ, ਅਤੇ ਮੁੜ ਕੇ ਬੰਦੇ ਆਏ ਆ, ਜਾਓ ਆ ਪਹਿਲਾਂ ਦੇਖ ਲਿਆ ਕਰੋ, ਠੀਕ ਆ ਜੀ। ਅਤੇ ਉਹ ਇਹਨੂੰ ਕੋਈ ਘੱਟ ਤੋਂ ਘੱਟ ਬਾਈ ਕਹਿੰਦਾ ਮੈਨੂੰ 100 ਫੋਨ ਆਇਆ ਜੀ, ਅਤੇ 100 ਫੋਨ ਦੇ ਵਿੱਚ ਇਹਦੀ ਬੈੜ ਵਿਕਦੀ ਸੀ, ਜੇ ਵੇਚ ਦਿੰਦਾ ਫਿਰ ਇਤਰਾਜ਼ ਕਰਨਾ ਹੈ ਨਾ ਗੋਰੇ, ਹਾਂ ਫਿਰ ਇਕੱਠ ਕਰਨਾ ਸੀ, ਅਤੇ ਮੁੜ ਕੇ ਸ਼ਰਾਬ ਤਾਂ ਬੰਦੇ ਦੀ ਸਾਈ ਵੀ ਮੋੜਤੀ, ਠੀਕ ਆ ਜੀ, ਅਤੇ ਠੀਕ ਆ ਵੀਰੇ, ਬਾਕੀ ਤਾਂ ਕਿਸੇ ਨੂੰ ਵੀ ਦਿਖਾਉਣੀ ਆਪਦੇ ਘਰ ਦੇ ਮੈਂਬਰ ਨੂੰ ਪਹਿਲਾਂ ਦਿਖਾ ਲਓ, ਹਨਾ, ਸਾਰਾ ਚੈੱਕ ਕਰਕੇ ਫੇਰ। ਚੱਲ ਗੋਰੇ, ਨਾਮ ਐਡਰੈਸ ਬੋਲੀ ਵੀਰੇ ਪਹਿਲਾਂ, ਗੋਰਾ ਪਿੰਡ ਭਦੌੜ ਜ਼ਿਲ੍ਹਾ ਮਰਾਣਾ ਤਪਾ ਤਹਿਸੀਲ ਹੈ, ਵਧਾਰਤ ਨਹੀਂ ਖੜਦੇ ਆਪਾਂ ਘਰ। ਓਕੇ ਵੀਰੇ, ਤੇ ਨੰਬਰ ਬੋਲੀ ਵੀਰੇ, ਨੰਬਰ 87288-0443 ਵੀ। ਤੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ? 4 ਦਿਖਾ ਦਿੰਦੇ ਆ ਜੀ। ਠੀਕ ਆ, ਪਹਿਲੇ ਨੰਬਰ ਤੇ ਜਰਸੀ ਦੀ ਗੱਲ ਕਰ ਲਈ, ਕੀ ਡਿਟੇਲ ਆ ਵੀਰੇ ਦੀ? ਇਹ ਸੂਈ ਦੇ 20 ਦਿੰਦੀ ਵੀਰੇ। ਕਿੰਨਾ ਦੁੱਧ ਹੋਣੇ ਥੱਲੇ? 13 ਕਿਲੋ ਹੋਊਗਾ, 12 ਮੰਨ ਲੈ ਕਿਤੇ। 12 11.5 ਮੰਨ ਲੈ ਪਾਉਂਦੀ ਯਾਰ। 11 ਮੰਨ ਲੈ ਪਰ। ਤੇ ਬਾਕੀ ਦਾ ਲਮਾਈ ਲੂਮੀ ਬਹੁਤ ਆ ਹਨਾ। ਤੇ ਧਾਰਾ ਮਾਰ ਹੀ ਦੇ ਫਿਰ। ਆ ਦੇਖੋ ਜੀ, ਧਾਰਾ ਦੂਰਾ ਕਰੋ, ਜੇ ਕਿ ਥੱਲੇ ਤਾਂ ਨਲਕਾ ਹੀ ਆ। ਸੌਦਾ ਸੁਦਾ ਤੁਹਾਨੂੰ ਅੱਜ ਵਿੱਚ ਹੀ ਕਰ ਦੇਣਾ ਜੀ ਬਾਈ ਨਾਲ, ਸਾਰਾ ਜਿੰਨਾ ਰੇਟ ਵੱਧ ਮੰਗੂ, ਜਿੰਨਾ ਮੈਨੂੰ ਵੱਧ ਲੱਗਿਆ ਸਾਰਾ ਤੜਾ ਕੇ ਤੁਹਾਨੂੰ ਫੇਰ ਦੱਸਣਾ, ਹਨਾ ਗੋਰੇ, ਤੋਰ ਕੇ ਦਿਖਾ ਦਈਏ ਇਹਨੂੰ, ਲੈ ਚੱਲ, ਚੰਗੀ ਬੈੜ ਹੈਗੀ, ਦੁੱਧ ਪੀਣ ਦੇ ਮਤਲਬ ਵਧੀਆ, ਦੁੱਧ ਚਿੱਟਾ ਪਾਊਗੀ, ਠੀਕ ਆ ਜੀ, ਹਾਂ ਵਧੀਆ ਬੈੜ ਹੈਗੀ, ਤੇ ਜਿਵੇਂ ਜਰਸੀ ਹੁੰਦੀਆਂ ਆ, ਤੇ ਫੇਸ ਕਰੋ ਚੈੱਕ ਪੂਰਾ ਵਧੀਆ ਜੀ, ਤੇ ਮਗਰ ਕੀ ਆ ਗਿਆ ਗੋਰੇ ਇਹਦੇ? ਮਗਰ ਬੱਛਾ ਜੀ, ਠੀਕ ਆ, ਓਕੇ ਵੀਰੇ, ਓਕੇ, ਆ ਲਓ ਜੀ, ਲੋਕਲ ਲਈ, ਠੀਕ ਆ ਵੀਰੇ, ਤੇ ਕੁਆਲਿਟੀ ਪੂਰੀ ਫੁੱਲ ਆ, ਹਜੇ ਤਾਂ ਵੀਰੇ 10:30 ਦੇ ਟਾਈਮ ਆ, ਓਕੇ ਠੀਕ ਆ ਵੀਰੇ, ਤੇ ਗੋਰੇ ਪੈਸੇ ਕਿੰਨੇ ਜਮਾ ਹੀ? ਬਸ ਹੋਰ ਕਿੰਨਾ ਮਾਨਦਾਨ ਕਰਦੇ? ਹੋਰ ਕਰਦੇ ਮਾਨਦਾਨ, ਮੈਂ ਤਾਂ ਕਹਿੰਦਾ 52,000 ਦੀ ਦੇ ਯਾਰ, ਹੋਰ ਕਿੰਨਾ ਮਾਨਦਾਨ ਹੋਊ? 52, ਠੀਕ ਆ ਵੀਰੇ, ਆ ਦੇਖ ਲਓ ਵੀਰੇ, ਤੁਹਾਨੂੰ ਸੌਦਾ ਵੀ ਵਿੱਚ ਹੀ ਕਰਤਾ, ਬਾਕੀ ਤੁਸੀਂ ਤਸੱਲੀ ਕਰ ਲਿਆ ਕਰੋ, ਜਦੋਂ ਬਾਈ ਕਹਿੰਦਾ ਵੀ ਮੇਰੇ ਕੋਲ ਆ ਕੇ ਤਸੱਲੀ ਕਰਕੇ ਲੈ ਕੇ ਜਾਓ, ਪਹਿਲਾਂ ਚੈੱਕ ਕਰ ਲਓ, ਜੇ ਵੀਡੀਓ ਬਣਾ ਸਕਦੇ ਆਪਾਂ ਤਾਂ ਸਪੈਸ਼ਲ ਕੱਲੀ ਵੀਡੀਓ ਬਣਾ ਕੇ ਪਾ ਲਿਆ ਕਰਾਂਗੇ ਆਪਾਂ, ਹਾਂ ਵੀ ਸਾਈ ਨਹੀਂ ਵਾਪਸ ਹੋਣੀ, ਜੇ ਵਾਪਸ ਹੋਣੀ 5,000 ਤੋਂ ਘੱਟ ਸਾਈ ਨਹੀਂ ਪਾਉਣੀ ਆਪਾਂ, ਠੀਕ ਆ ਵੀਰੇ, ਇਹ ਤਾਂ ਸਾਡੇ ਦੁੱਧ 13 ਤੁਸੀਂ 11 ਮੰਨ ਕੇ ਲਓ, ਤੇ 4 ਖਾਣ ਵਧੀਆ ਚੱਲਦੇ, ਠੀਕ ਆ, ਕੰਦ ਵਧੀਆ, ਛੋਟਾ ਨਹੀਂ, ਹਾਂ ਬਰਾਬਰ ਖੜ ਜਾ, ਬਾਕੀ ਤਾਂ ਖੋਲਣੀ ਨਾ, ਹਿਸਾਬ ਕਿਤਾਬ ਲਾ ਲਿਆ ਕਰੋ, ਤੇ ਸੂਆ ਰਹੀ ਨਾਲ ਦੂਜਾ ਹੀ ਆ, ਤੇ ਬਾਈ ਨੇ 60,000 ਮੁੱਲ ਕੀਤਾ ਸੀ, ਆਪਾਂ ਤੁਹਾਡਾ ਭੰਨ ਤੋੜ ਵਿੱਚ ਹੀ ਕਰਾਤਾ, ਹਨਾ, ਹਾਂ 52,000 ਬਾਈ ਕਹਿੰਦਾ ਮਿਲਕ ਵੀ ਦੇਖੋ ਨੇੜੇ ਤੋਂ ਦੇ ਦਿਆਂਗੇ, ਆਹ ਦੇਖੋ ਜੀ ਥਾਣ ਲਿਆ ਕਰੋ ਨੇੜੇ ਤੋਂ, ਚਿੱਕ ਤੇ ਬੱਚਾ ਮਗਰ ਆ ਗਿਆ 52,000 ਚ, ਤੇ ਹੁਣ ਆਪਾਂ 2 ਨੰਬਰ ਤੋਕੜ ਗੱਭਣ ਜਿਹੜੀ ਕੱਲ ਵਿਕ ਚੁੱਕੀ ਸੀ ਉਹਦੀ, ਗੋਰੇ ਕਿੰਨੇ ਚਿਰ ਚ ਵਿਕ ਗਈ ਸੀਗੀ ਇਹ ਗੱਲ? 3 ਮਿੰਟਾਂ 'ਚ, ਤੇ ਉਦੋਂ ਬਾਅਦ ਚ ਕਿੰਨੀ ਕੁ ਮੰਗ ਆਈ ਇਹਦੀ? ਬਹੁਤ ਆਏ, ਉਦੋਂ ਬਾਅਦ ਪੈਸੇ ਵੱਧ ਵੀ ਲਾਉਂਦੇ ਸੀ ਮੈਨੂੰ। ਅੱਛਾ, ਨਫਾ ਵੀ ਦਿੰਦੇ ਸੀ ਉਹਨਾਂ ਨੂੰ? ਹਾਂ ਨਫਾ ਦਿੰਦੇ ਸੀ, ਬਾਕੀ ਉਹ ਕਹਿੰਦੇ ਇਹਨਾਂ ਨੂੰ ਪੁੱਛਿਆ ਵੀ 2 ਵਜੇ ਮੈਂ ਜੇ ਵੇਚੀ ਦੇ ਦੋ, ਕਹਿੰਦੇ ਲੈ ਜੀ ਘਰ ਰੱਖਣਾ ਤਾਂ ਲੈਣੀ ਆ, ਠੀਕ ਆ ਵੀਰੇ, ਜੇ ਮੈਂ ਵੇਚ ਦਿੰਦਾ ਤਾਂ ਮੈਨੂੰ 1500 ਵੱਧ ਮਿਲਦਾ ਸੀ, ਫਿਰ ਇਹਨੇ ਇਤਰਾਜ਼ ਕਰਨੇ ਬੰਦੇ ਨੇ। ਓਕੇ ਗੁਰੇ, ਤੇ ਵੀਰੇ ਕਿੰਨਾ ਦੁੱਧ ਆਏ ਥੱਲੇ? 7 ਕਿਲੋ ਤਾਂ ਮੰਨ ਕੇ ਲੈ ਜਾਓ ਜੀ, ਠੀਕ ਆ 7 ਕਿਲੋ, ਕਿੰਨੇ ਚਿਰ ਦੀ ਚੈੱਕ ਪਾਸ ਆ? ਜਿਹੜੇ ਗੱਭਣ ਚੈੱਕ ਹੋਈ ਦੀ ਆ, ਸਾਡੀ ਜਿਹੜੇ ਡਾਕਟਰ ਤੇ ਚੈੱਕ ਕਰੀ ਸੀ ਕੱਲ, ਉਹਨੇ ਵੀ ਇੱਥੇ ਆਪਣੇ ਘਰੇ ਬੰਦਾ ਘਾਲਤਾ ਜੀ। ਓਕੇ ਓਕੇ ਓਕੇ, ਤਾਂ ਚੈੱਕ ਹੋ ਕੇ ਲਈ ਜਾ ਲਿਆ ਉਹ ਖੋਲ ਲੈਣ ਤੋੜ ਕੇ ਦਿਖਾ ਦਈਏ, ਠੀਕ ਆ, ਤੇ ਗੋਰੇ 3.5 ਮਹੀਨੇ ਚੈੱਕ ਪਾਸ ਆ ਨਾ? ਹਾਂ 4 ਸਹੀ ਆ, 4 ਸਹੀ ਆ, ਬਾਕੀ ਚੋ ਕੇ ਲੈ ਜਾਓ, ਬਾਕੀ ਸੂਆ ਦੂਜੇ ਵਾਸਤੇ ਗੱਭਣਾ ਪਹਿਲੇ ਸੂਏ ਸੂਈ ਵੀ ਆ, ਹਨਾ,
ਓਕੇ ਆਹ ਕਰੋ ਜੀ ਚੈੱਕ, ਥਾਣ ਲੈਵਾ ਪੂਰਾ ਵਧੀਆ ਬਾਈ, ਕਹਿੰਦਾ 7 ਹੋ ਜੇ 6:30 ਹੋ ਜੇ ਆਪਦਾ ਚੋ ਕੇ ਲੈ ਜਾਓ, ਠੀਕ ਹੈ ਜੀ। ਸਮੀ ਪੜੀ ਤੇ ਗੋਰੇ ਫੇਸਬੁੱਕ ਬਹੁਤ ਚੰਗਾ ਹੈ ਨਾ, ਤੇ ਕਿੰਨੇ ਪੈਸੇ ਲਾਵਾਂ ਬਾਈ ਇਹਦੇ ਜਮਾ, ਠੀਕ ਆ। ਕੱਲ ਕਿੰਨੇ ਕੁ ਪੈਸਿਆਂ ਦੀ ਬੈਗੀ ਸੀਗੀ, ਠੀਕ ਆ ਵੀਰੇ 40 ਦੀ ਹੋਈ ਸੀਗੀ, ਤੇ ਪੂਰੀ ਵਧੀਆ ਬੈਡ ਆ ਵੀਰੇ, ਕੋਈ ਛੋਟੀ ਨੀ ਕੋਈ ਕੁਛ ਨੀ, ਉਹ ਤਾਂ ਬਹਾਨਾ ਹੁੰਦਾ ਬੰਦੇ ਦਾ, ਠੀਕ ਆ ਜੀ, ਪੂਰੀ ਵਧੀਆ ਗੀ, ਤੇ ਬਾਕੀ ਦਾ ਸਮੀ ਪਲੀ ਪਿਆ। ਆਹ ਦੇਖੋ ਜੀ, ਆਹ ਦੇਖੋ ਜੀ, ਥੱਲੇ ਤੋਂ ਕਰੋ ਚੈੱਕ, ਲਓ ਜੀ, ਠੀਕ ਆ ਵੀਰੇ, ਠੀਕ ਆ ਵੀਰੇ, ਤੇ ਇਹਦਾ ਕੀ ਮੰਗਿਆ, 42, ਠੀਕ ਆ 42 ਦੇਣੇ, ਓਕੇ, ਬਾਕੀ ਸੀਲ ਠੰਡੀ ਫੁੱਲ ਆ, ਤੇ ਬਾਕੀ ਬਾਈ ਕਹਿੰਦਾ ਡਾਕਟਰ ਆਪਦਾ ਲਿਆਓ ਬੇਸ਼ੱਕ ਦੇ ਨਾਲ, ਹੈ ਨਾ, ਠੀਕ ਆ। ਤੇ ਹੁਣ ਆਪਾਂ ਕਰ ਲਈਏ ਝੋਟੀ ਦੀ, ਇਹਦੀ ਅਸਰ ਦੀ ਗੱਲ, ਠੀਕ ਆ, ਠੀਕ ਆ ਵੀਰੇ, ਠੀਕ ਆ, ਟੀਕਾ ਲਵਾਤਾ, ਕਿੰਨੇ ਪੈਸੇ ਗੁਰੇ ਇਹਦੇ ਜਮਾ ਜਾਏ, ਖੋਲ ਲੈਣ ਤੋਰ ਕੇ ਦਿਖਾ ਦਈਏ, ਤੇ ਬਾਕੀ ਦਾ ਕੱਦ ਕਾਠ ਪੂਰਾ ਫੁੱਲ ਆ, ਹੈ ਨਾ, ਬਸ ਠੀਕ ਆ, ਤੇ ਸਿੰਗ ਸੁੰਗ ਪੂਰਾ ਚੰਗਾ, ਹੈ ਨਾ, ਤੇ ਚੋਰੀ ਕਰਾ ਦਈਏ ਚੈੱਕ, ਰੋਕ ਲਈ ਧੋਰ ਲਾ ਮੜੀ, ਖਾਣ ਦੇਖ ਲਾ, ਹੈ ਨਾ, ਜਿਵੇਂ ਹਾਂ ਵੀਰੇ, ਠੀਕ ਆ, ਓਕੇ, ਕਿਆ ਬਾਤ ਆ, ਝੋਲ ਝਾਲ ਫੁੱਲ ਆ, ਹੈ ਨਾ, ਦੇ ਵਿੱਚ ਆਹ ਦੇਖੋ ਜੀ, ਕੁਆਲਿਟੀ ਫੁੱਲ ਆ, ਤੇ ਬਾਕੀ ਦਾ ਟੀਕਾ ਬਾਈ ਨੇ ਭਰਾ ਤਾ ਗਾ, ਇਹ ਜਮਾ ਸਹੀ ਗੱਲ ਆ, ਕਿਉਂਕਿ ਮੈਂ ਜਿੱਥੇ ਪਰਸੋਂ ਵੀਡੀਓ ਬਣਾਉਣਾ ਸੀ ਨਾ ਵੀਰੇ, ਉੱਥੇ ਹੀਟ ਚਾਈ ਵੀ ਸੀਗੀ, ਆਹ ਦੇਖੋ ਜੀ, ਕਰੋ ਚੈੱਕ, ਕਿੰਨੇ ਪੈਸੇ ਲਵਾਂਗੇ ਇਹਦੇ, 40,000 ਰੁਪਏ ਲੈਣਾ, ਬਸ ਠੀਕ ਆ ਵੀਰੇ, ਬਹੁਤ ਵਧੀਆ ਰੇਟ ਆ ਤੇਰਾ, ਠੀਕ ਆ ਨਾ, ਠੀਕ ਆ ਵੀਰੇ, ਚੰਗੇ ਘਰੇ, ਹਾਂ ਜੇ ਕਿਸੇ ਨੇ ਸੇਵਾ ਕੀਤੀ ਤਾਂ ਦੇਊਗੀ, ਓਕੇ ਵੀਰੇ, ਠੀਕ ਆ ਵੀਰੇ, ਹੁਣ ਜਿਹੜੀ ਕੱਲੀ ਤੋਕੜ ਬੈਡ ਆ ਇਹਦੀ ਕੀ ਡਿਟੇਲ ਆ, ਕੱਢ ਲੈ ਇਹਨੂੰ ਵੀ, ਓਕੇ, ਧਾਰਾਂ ਧੁਰਾਂ ਮਰਾ ਲੂਗੀ, ਆਹ ਦੇਖੋ ਜੀ, ਆਹ ਦੇਖੋ ਜੀ, ਆਹ ਕਰੋ ਚੈੱਕ, ਆਹ ਕਰੋ ਚੈੱਕ, ਓਕੇ ਵੀਰੇ, ਤੇ 7 ਕਿਲੋ ਦੁੱਧ ਆਪਾਂ ਮਿਣ ਕੇ ਦੇ ਦੇਣਗੇ, ਠੀਕ ਆ ਵੀਰੇ, ਤੋਰ ਲੈਣ ਤੋਰ ਕੇ, ਸੀਲ ਠੰਡੀ ਫੁੱਲ ਆ, ਤੇ ਪੈਸੇ ਕਿੰਨੇ ਬਸ ਜਮਾਂ ਛੋਟਾ ਜਿਹਾ ਰੇਟ ਕਰ ਇਹਦਾ, ਬਸ ਮੁੱਲ 18 ਮਨ ਤਨ ਹੋ ਜਾਊਗਾ, ਠੀਕ ਆ ਵੀਰੇ, ਆਹ ਕਰੋ ਜੀ ਚੈੱਕ, ਓਕੇ, ਕੁਆਲਿਟੀ ਫੁੱਲ ਆ, ਹੈ ਨਾ, ਸੂਆ ਦੂਜਾ ਹੀ ਆ, ਸਿੰਘ ਦਾ ਕੀ ਕਹਿੰਦੇ, ਮੁੱਲ ਵੀ ਜਮਾਂ ਜਾਇਆ ਜੀ ਕੀਤਾ ਇੰਨੇ ਦੀ ਕੌਣ ਤੁਹਾਨੂੰ, ਠੀਕ ਆ ਵੀਰੇ, ਉਹ ਕੁਦਰਤੀ ਗੱਲ ਹੁੰਦੀ ਹੈ ਨਾ, ਅੱਛਾ ਗੁਰੇ ਇਹਦਾ 18,000 ਰੁਪਇਆ ਲੈਣਾ ਹੈ, ਤੇ ਕੱਲੀ ਤੋਕੜਾ, ਹੈ ਨਾ, ਇਹ ਗਬਣ ਤਾਂ ਹੈ ਨੀ, ਠੀਕ ਆ ਵੀਰੇ, ਤੇ ਦੁੱਧ ਮਿਣ ਕੇ ਦੇ ਦੇਗਾ, ਓਕੇ, ਠੀਕ ਆ ਵੀਰੇ, ਨੰਬਰ ਬੋਲੀ ਬਾਈ ਫਿਰ, ਆਹ ਦੇਖੋ ਜੀ, ਬਾਕੀ ਦਾ ਬਹੁਤ ਸੋਹਣਾ ਗੁਲਾਬੀ ਥਾਣ ਲੱਗਿਆ, ਭੁੱਖੀ ਮਾਰੀ ਵੀ ਆ ਨਾ, ਅੱਜ 4 ਨਾਗ ਸੀ ਵੀਰੇ, 4 ਤੁਹਾਨੂੰ ਦਿਖਾ ਦੇ, ਪਿੰਡ ਪਧੌੜ, ਤੇ ਨੰਬਰ ਬਾਈ ਬੋਲੀ, 87-88-043, ਬਾਕੀ ਦਾ ਐਡਰੈਸ ਆ ਬਾਈ ਦਾ, ਬਧਾਤਾ ਰੋਡ ਤੇ ਬਾਈ ਦਾ ਘਰ ਆ, ਪਿੰਡ ਪਧੌੜ, ਠੀਕ ਆ ਜੀ, ਚੌਹਾਨ ਡੈਰੀ ਫਾਰਮ, ਠੀਕ ਆ ਵੀਰੇ, 4 ਨਾਗ ਸੀ, 4 ਤੁਹਾਨੂੰ ਦਿਖਾ ਦੇ, ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ।